ਅੱਜ ਵੀ ਬਹੁਤ ਹੀ ਸਤਿਕਾਰਯੋਗ ਕਤਾਲੀ ਘਾਟ ਲੱਕੜ ਸਾਥੀਓ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਅੱਜ ਆਪਾਂ ਡਿਪਾਰਟਮੈਂਟ ਆਏ ਹੋਏ ਸੀਗੇ ਆਪਣੀ ਭਰਤੀ ਦੀ ਸੰਬੰਧੀ, ਜੋ ਵੀ ਆਪਾਂ ਮਤਲਬ ਕਿ ਵੀ ਆਪਣਾ ਪ੍ਰੋਸੈਸ ਆ ਜਿਹੜਾ ਉਹ ਕਿੱਥੇ ਚੱਲ ਰਿਹਾ ਜਾਂ ਕੀ ਆ, ਉਹਦੇ ਵਿੱਚ ਕੋਈ ਪ੍ਰੋਗਰੈਸ ਹੋਈ ਹੈ ਜਾਂ ਨਹੀਂ। ਤਾਂ ਸਾਥੀਓ, ਸਾਰਿਆਂ ਨੂੰ ਹੀ ਆਪਾਂ ਨੂੰ ਬੜਾ ਇੰਤਜ਼ਾਰ ਸੀਗਾ ਤੁਹਾਨੂੰ ਵੀ ਕਿ ਡਿਪਾਰਟਮੈਂਟ ਤੋਂ ਕੋਈ ਨਾ ਕੋਈ ਜਿਹੜੀ ਜਾਣਕਾਰੀ ਆ ਉਹ ਆਵੇਗੀ। ਤਾਂ ਸਾਥੀਓ, ਜਿਹੜੀ ਅੱਜ ਆਪਣੀ ਇੱਥੇ ਮੀਟਿੰਗ ਆ, ਡੀ ਪੀ ਆਈ ਸਾਹਿਬ ਨਾਲ ਨਹੀਂ ਹੋ ਸਕੀ ਕਿਉਂਕਿ ਉਹ ਅੱਜ ਛੁੱਟੀ 'ਤੇ ਸੀਗੇ। ਤਾਂ ਜਿਹੜੀ ਆਪਣੀ ਅੱਜ ਮੀਟਿੰਗ ਆ ਉਹ ਉੱਚ ਅਧਿਕਾਰੀਆਂ ਦੇ ਨਾਲ ਆਪਣੀ ਜੁਆਇਨਿੰਗ ਨੂੰ ਲੈ ਕੇ ਔਰ ਆਪਣੀ ਟ੍ਰੇਨਿੰਗ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਹ ਹੋਈ ਹੈਗੀ। ਤਾਂ ਮੈਂ ਸ਼ੋਰਟ ਦੇ ਵਿੱਚ ਦੱਸਦੇ ਹਾਂ ਅਤੇ ਉਸ ਮੀਟਿੰਗ ਦੇ ਵਿੱਚ ਵੇਟਿੰਗ ਬਾਰੇ ਜਾਂ ਹੋਰ ਜਿਹੜੇ ਆਪਣੇ ਮੁੱਦੇ ਸੀਗੇ ਉਹਨਾਂ ਬਾਰੇ ਗੱਲਬਾਤ ਜਿਹੜੀ ਹੋਈ ਆ। ਸਭ ਤੋਂ ਪਹਿਲਾਂ ਜੁਆਇਨਿੰਗ ਬਾਰੇ ਡਿਪਾਰਟਮੈਂਟ ਵੱਲੋਂ ਇਹੀ ਜਿਹੜੀ ਹੈਗੀ ਹੈ ਕਿ ਉਹ ਗੱਲ ਆਈ ਆ ਕਿ ਤੁਹਾਡਾ ਜਿਹੜਾ ਹੈਗਾ ਛੇਤੀ ਹੋ ਰਿਹਾ ਜਾਂ ਅੰਡਰ ਪ੍ਰੋਸੈਸ ਆ ਜਿਹੜਾ ਤੁਹਾਡਾ ਜਿਹੜਾ ਸਾਰਾ ਸਿਸਟਮ ਚੱਲ ਰਿਹਾ। ਔਰ ਸਭ ਤੋਂ ਜਿਹੜੀ ਸਾਥੀ ਉਹ ਅਗਲੀ ਗੱਲ ਹੈਗੀ ਆ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜੀ ਆਪਣੀ ਭਰਤੀ ਦੇ ਉੱਪਰ ਜੋ ਕੋਰਟ ਕੇਸ ਲੱਗੇ ਹੋਏ ਨੇ ਅਤੇ ਉਸਦੀ ਇੱਕ ਬੜੀ ਹੀ ਮਹੱਤਵਪੂਰਨ ਤਰੀਕ ਆ ਜਿਹੜੀ ਉਹ 13 ਤਰੀਕ ਨੂੰ ਜਿਹੜੀ ਹੇਅਰਿੰਗ ਆ ਉਹਦੀ ਉਹ ਹੋਣੀ ਆ, ਕਿਉਂਕਿ ਸਭ ਨੂੰ ਪਤਾ ਹੈ ਕਿ ਜੋ ਡਿਪਾਰਟਮੈਂਟ ਵੱਲੋਂ, ਕਿਉਂਕਿ ਡਿਪਾਰਟਮੈਂਟ ਲਗਾਤਾਰ ਆਪਣੇ ਕੇਸ ਦੀ ਜਿਹੜੀ ਪੈਰਵਾਈ ਆ ਉਹ ਕਰ ਰਿਹਾ, ਕਿਉਂਕਿ ਡਿਪਾਰਟਮੈਂਟ ਦੀ ਇਹ ਕੋਸ਼ਿਸ਼ ਹੈ ਵੀ ਭਰਤੀ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਨੁਕਸਾਨ ਆ ਜਿਹੜਾ ਉਹ ਨਾ ਹੋਵੇ ਅਤੇ ਸਹੀ ਤਰੀਕੇ ਦੇ ਨਾਲ ਜਿਹੜੀ ਭਰਤੀ ਆ ਉਹ ਨਪੇਰੇ ਆ ਜਿਹੜੀ ਉਹ ਚੜ੍ਹੇ। ਤਾਂ ਆਪਾਂ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਡਿਲੇ ਹੋ ਰਿਹਾ ਹੈਗਾ, ਪਰ ਡਿਲੇ ਜਿਹੜਾ ਹੋ ਰਿਹਾ ਹੈਗਾ ਉਹਦੇ ਵਿੱਚ ਕਈ ਕਾਰਨ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿਉਂਕਿ ਕੋਰਟ ਦਾ ਇਹ ਕੇਸ ਵਾਲਾ ਜਿਹੜਾ ਮਸਲਾ ਹੁਣ ਉਹ ਕਿਤੇ ਨਾ ਕਿਤੇ ਜਿਹੜਾ ਵਿੱਚ ਹੈਗਾ, ਕਿਉਂਕਿ ਲਗਾਤਾਰ ਅਰਜੈਂਟ ਦੇ ਵਿੱਚ ਜਿਹੜਾ ਕੇਸ ਆ ਜਿਹੜਾ ਉਹ ਆਪਣਾ ਚੱਲ ਰਿਹਾ ਹੈਗਾ। ਤਾਂ ਸਭ ਤੋਂ ਵੱਡੀ ਗੱਲ ਕਿ ਜੋ ਡਿਪਾਰਟਮੈਂਟ ਆ ਉਹ ਆਪਣੀ ਭਰਤੀ ਦੇ ਨਾਲ ਹੈ ਅਤੇ ਡਿਪਾਰਟਮੈਂਟ ਜਿਹੜਾ ਹੈਗਾ ਭਰਤੀ ਨੂੰ ਬਚਾਉਣ ਦੇ ਲਈ ਜਾਂ ਆਪਣੇ ਕੋਰਟ ਕੇਸ ਦੇ ਵਿੱਚ ਜੋ ਵੀ ਪੈਰਵਾਈ ਆ ਉਹ ਬੜੇ ਹੀ ਵਧੀਆ ਤਰੀਕੇ ਨਾਲ ਜਿਹੜਾ ਡਿਪਾਰਟਮੈਂਟ ਵੱਲੋਂ ਉਹ ਕੀਤੀ ਜਾ ਰਹੀ ਆ। ਸੋ 13 ਤਰੀਕ ਨੂੰ ਜਿਹੜਾ ਹੈਗਾ ਗਾ ਕੀ ਫੈਸਲਾ ਆਉਂਦਾ ਜੱਜ ਸਾਹਿਬ ਦਾ ਜਾਂ ਕਿਵੇਂ ਆ ਉਹ ਚਲੋ ਦੇਖਣ ਵਾਲੀ ਗੱਲ ਹੈ। ਅਤੇ ਅਗਲੀ ਗੱਲ ਜੋ ਟ੍ਰੇਨਿੰਗ ਬਾਰੇ ਆ ਸਾਥੀ, ਉਹ ਟ੍ਰੇਨਿੰਗ ਜਿਹੜੀ ਆਪਣੀ ਆ ਉਹ SCRT ਵੱਲੋਂ ਜਿਹੜੀ ਟ੍ਰੇਨਿੰਗ ਆ ਉਹ ਲੱਗਣੀ ਆ। ਸੋ ਅੱਜ ਅਸੀਂ DPI ਸਾਹਿਬ ਜਿਵੇਂ ਛੁੱਟੀ 'ਤੇ ਸੀਗੇ ਅਤੇ ਇਹ ਪਤਾ ਲੱਗਿਆ ਕਿ ਜਿਹੜੇ ਡਾਇਰੈਕਟਰ ਸਾਹਿਬ ਨੇ ਉਹ ਸਿੰਗਾਪੁਰ ਜੋ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਲੱਗੀ ਹੋਈ ਆ ਉੱਥੇ, ਉਹ ਉੱਥੇ ਗਏ ਹੋਏ ਨੇ। 3-4 ਦਿਨਾਂ ਤੱਕ ਉਹ ਜਿਹੜੇ ਹੈਗੇ ਨੇ ਉਹ ਟ੍ਰੇਨਿੰਗ ਤੋਂ ਵਾਪਸ ਆਉਣਗੇ। ਅਤੇ ਜਿਹੜੀਆਂ ਵੇਟਿੰਗ ਵਾਲੀਆਂ ਗੱਲਾਂ ਨੇ, ਕਿਉਂਕਿ ਪਿਛਲੀ ਵਾਰੀ ਵੀ ਇਹ ਸਵਾਲ ਆਇਆ ਸੀਗਾ ਕਿ ਵੇਟਿੰਗ ਬਾਰੇ ਗੱਲ ਹੋਈ ਆ ਜਾਂ ਨਹੀਂ ਹੋਈ, ਕਿਉਂਕਿ ਮੈਂ ਦੱਸਿਆ ਵੀ ਸੀਗਾ ਬਹੁਤ ਸਾਰੇ ਸਾਥੀਆਂ ਨੂੰ ਫੋਨ ਦੇ ਉੱਪਰ ਕਿ ਵੇਟਿੰਗ ਦੀ ਜਿਹੜੀ ਗੱਲ ਆ ਉਹ ਆਪਾਂ ਕੀਤੀ ਆ। ਤਾਂ ਅੱਜ ਅਜੀਤ ਜੈਨ ਸਾਹਿਬ ਜੋ ਕਿ ਆਪਣੀ ਸਟੇਟ ਕਮੇਟੀ ਦੇ ਵਿੱਚ ਵੀ ਐਡ ਨੇ, ਇਹ ਵੀ ਅੱਜ ਪਹੁੰਚੇ ਸੀ ਕਿਉਂਕਿ ਖੁਦ ਵੇਟਿੰਗ ਦੇ ਵਿੱਚ ਨੇ ਜਿਹੜੇ ਬੈਠੇ ਨੇ। ਤਾਂ ਡਿਪਾਰਟਮੈਂਟ ਵੱਲੋਂ ਉਹੀ ਜਿਹੜੀ ਗੱਲ ਉਹ ਦੁਹਰਾਈ ਗਈ ਆ, ਉਹ ਕਹਿੰਦੇ ਵੀ ਪਹਿਲਾਂ ਅਸੀਂ ਫਸਟ ਜਿਹੜਾ ਤੁਹਾਡੀ ਅਪਾਇੰਟਮੈਂਟ ਲੈਟਰ ਜਿਹੜੇ ਤੁਹਾਨੂੰ ਮਿਲੇ ਨੇ ਉਹਨਾਂ ਨੂੰ ਜੁਆਇਨ ਕਰਾਉਣ ਤੋਂ ਬਾਅਦ ਵੇਟਿੰਗ ਆ ਜਿਹੜੀ ਉਹ ਕਲੀਅਰ ਕਰਾਂਗੇ। ਤਾਂ ਮੇਰੇ ਵੱਲੋਂ ਵੀ ਅਤੇ ਜੈਨ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਗਿਆ ਕਿ ਸਰ ਅਗਰ ਜੁਆਇਨਿੰਗ ਦੇ ਵਿੱਚ ਜੇਕਰ ਤੁਸੀਂ ਟਾਈਮ ਜੇ ਕੋਈ ਲੱਗਦਾ ਤਾਂ ਤੁਸੀਂ ਜਿਹੜੀ ਵੇਟਿੰਗ ਵਾਲੇ ਸਾਥੀਆਂ ਨੂੰ ਵੀ ਨਾਲ ਹੀ ਜਿਹੜਾ ਹੈਗਾ ਜੁਆਇਨ ਕਰਵਾ ਦੇਵੋ। ਇਹ ਗੱਲ ਨੂੰ ਬੜਾ ਹੀ ਜਿਹੜਾ ਗੰਭੀਰਤਾਪੂਰਵਕ ਦਬਾਅ ਵਾਲੇ ਤਰੀਕੇ ਨਾਲ ਉਹਨਾਂ ਨੂੰ ਇਹ ਗੱਲ ਕਹੀ ਗਈ, ਪਰ ਉਹਨਾਂ ਨੇ ਸਾਨੂੰ ਇੱਕ ਗੱਲ ਇਹ ਲੌਜਿਕ ਦਿੱਤਾ ਕਿ ਅਸੀਂ ਤੁਹਾਡੇ ਤੋਂ ਫੋਰਮ ਫਿਲ ਕਰਵਾ ਲਿਆ, ਅਸੀਂ ਲੈ ਲਿਆ ਵੀ ਤੁਸੀਂ ਕਿਹੜੇ ਸਬਜੈਕਟ ਦੇ ਵਿੱਚ ਜਾਣਾ ਜਾਂ ਤੁਸੀਂ ਕਿਹੜਾ ਕਿਹੜੀ ਕੈਟਾਗਰੀ ਦੇ ਵਿੱਚ ਜਾਣਾ। ਹੁਣ ਇੱਕ ਲਾਸਟ ਪ੍ਰੋਸੈਸ ਹੈ ਵੀ ਜਿਹੜੇ ਬੰਦੇ ਹੁਣ ਜੁਆਇਨ ਕਰਨਗੇ, ਕਿਉਂਕਿ ਜਿੰਨਿਆਂ ਨੇ ਅਪਾਇੰਟਮੈਂਟ ਲੈਟਰ ਲਿਆ ਉਹ ਕਹਿੰਦੇ ਵੀ ਸਾਰੇ ਉਹ ਬੰਦੇ ਜੁਆਇਨ ਨਹੀਂ ਕਰਦੇ, ਤਾਂ ਉਹਦੇ ਵਿੱਚੋਂ ਕਾਫੀ ਸਾਥੀ ਨੇ ਜਿਹੜੇ ਜੁਆਇਨਿੰਗ ਲੈਟਰ ਤਾਂ ਲੈ ਗਏ ਪਰ ਉਹ ਜੁਆਇਨ ਨਹੀਂ ਕਰਦੇ। ਤਾਂ ਅਸੀਂ ਉਹ ਡੇਟਾ ਵੀ ਜਿਹੜਾ ਹੈਗਾ ਉਹ ਕਲੈਕਟ ਕਰਨਾ, ਉਹ ਵੀ ਉਹਦੇ ਵਿੱਚ ਲੈਣਾ ਕਿ ਜਿਹੜੇ ਸਾਥੀ ਜੁਆਇਨ ਨਹੀਂ ਕਰਨਗੇ ਉਹ ਵੀ ਸੀਟਾਂ ਅਸੀਂ ਵੇਟਿੰਗ ਵਾਲੀਆਂ ਨੂੰ ਦੇਣੀਆਂ ਨੇ, ਵੀ ਇਸ ਦੇ ਵਿੱਚ ਤੁਹਾਡਾ ਵੇਟਿੰਗ ਵਾਲੇ ਸਾਥੀਆਂ ਦਾ ਹੀ ਜਿਹੜਾ ਹੈਗਾ ਫਾਇਦਾ ਹੋਊਗਾ। ਤਾਂ ਕਰਕੇ ਵੀ ਜਿਹੜੀ ਅਸੀਂ ਵੇਟਿੰਗ ਲਿਸਟ ਆ ਆਫਟਰ ਜੁਆਇਨਿੰਗ ਆ ਜਿਹੜੀ ਉਹ ਕਲੀਅਰ ਕਰਾਂਗੇ, ਕਿਉਂਕਿ ਸਾਡੇ ਤੋਂ ਬਿਨਾਂ ਵੀ ਸਾਥੀ ਇੱਥੇ ਪਤਾ ਕਰਕੇ ਗਏ ਸੀ, ਸ਼ਾਇਦ ਉਹਨਾਂ ਨੂੰ ਵੀ ਡਿਪਾਰਟਮੈਂਟ ਵੱਲੋਂ ਇਹੀ ਗੱਲ ਕਹੀ ਗਈ ਹੋਵੇ। ਅਤੇ ਸਾਥੀਓ, ਅਗਲੀ ਗੱਲ ਜਿਹੜੀ ਕਿ ਮੈਂ ਤੁਹਾਨੂੰ ਕੀਤੀ ਸੀ ਵੀ ਕੋਰਟ ਕੇਸ ਵਾਲਾ ਜਿਹੜਾ ਮਸਲਾ ਥੋੜ੍ਹਾ ਉਹ ਚੱਲ ਰਿਹਾ ਕੋਰਟ ਦੇ ਵਿੱਚ, ਮਾਣਯੋਗ ਹਾਈ ਕੋਰਟ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਆਪਾਂ ਡਿਪਾਰਟਮੈਂਟ ਦੇ ਸਹਾਰੇ ਹਾਂ, ਡਿਪਾਰਟਮੈਂਟ ਦੇ ਜਿਹੜਾ ਹੈਗਾ ਆਪਣੇ ਤਰੀਕੇ ਦੇ ਨਾਲ ਉੱਥੇ ਪੱਖ ਰੱਖਿਆ ਹੋਇਆ, ਅਤੇ ਆਪਣੀ ਵੀ ਇਹ ਕੋਸ਼ਿਸ਼ ਹੈ ਕਿ ਭਰਤੀ ਨੂੰ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਬਹੁਤ ਹੀ ਖੂਨ ਪਸੀਨਾ ਵਹਾ ਕੇ ਜਿਹੜੀ ਭਰਤੀ ਆ ਉਹ ਆਪਾਂ ਲਈ ਆ ਤੁਸੀਂ ਸਾਰੇ ਜਾਣਦੇ ਹੋ। ਔਰ ਇਸ ਗੱਲ ਤੋਂ ਵੀ ਸਾਰੇ ਆਪਾਂ ਭਲੀ ਭਾਂਤ ਜਾਣੇ ਆ ਕਿ ਆਪਾਂ ਬਹੁਤ ਸਾਰੇ ਸਾਥੀ ਆਪਣੇ ਵਿੱਚੋਂ ਆਪਣੀਆਂ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਛੱਡ ਚੁੱਕੇ ਨੇ, ਘਰੇ ਬੈਠੇ ਨੇਗੇ ਇਸ ਆਸ ਦੇ ਵਿੱਚ ਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਆ ਜਿਹੜਾ ਉਹ ਮਿਲ ਗਿਆ ਅਤੇ ਹੁਣ ਅਸੀਂ ਸਕੂਲਾਂ ਦੇ ਵਿੱਚ ਜਾਵਾਂਗੇ।
हाँ आप भी इस गल मानते हैं कि डिले हो रहा, पर जिमें कि पिछलिया भर्तियों के होया कि दो ढाई ढाई महीने बाद डिपार्टमेंट वालों ज्वाइन उन्होंने कराया गया। हालांकि 3704 का वखरा केस भी वो ट्रेनिंग लगी, पर 3301 कोई ट्रेनिंग नहीं लगी और डेढ़ महीने बाद उन्होंने स्कूलों के ज्वाइन किया। इस गल कोई शक नहीं कि आप भी ज्वाइन करना और जिमें वक् वक् समय के गल् आ रही थीगियाँ कि जोड़ा है तो ज्वाइन आ जोड़ा भी वह नवे सैशन कराया जाऊगा या तो मार्च के कराया जाऊगा। साथियों इस गल तो कोई इनकार नहीं कि देखो ज्वाइन आप होना ही आ, पर अज के समय के जेकर सब तो ज़्यादा क्योंकि हुण तुसीं देखो भी आप सब तो जिहड़ी वड्डी जिहड़ी गल हैगी आ उह हैगी आ भी कोर्ट केस वाला जिहड़ा खतरा वह किसी तरीके नाल भर्ती दे उप्पर टले टल जावे, क्योंकि माणयोग हाई कोर्ट का जो भी फैसला आऊगा वह सारा कुछ उसके उपर निर्भर करता वा, क्योंकि आंसर की रिवाइज वाला जिहड़ा मुद्दा गा जिहड़ा वह गंभीर बनिया होया ते तुहानू पता भी आ भी जी एन डी जी नूं सारा मसला दिता होया ते और आपां नूं इत्थे इस चीज़ की बड़ी वड्डी लोड़ आ कि भर्ती नूं कोई नुकसान ना होवे ते इह मसला जिहड़ा हैगा गा किसे कोई इहदा राह जिहड़ा हैगा गा भी सार्थक राह निकले जिसे किसी साथी का कोई नुकसान ना होवे। तां हुण बहुत सारे साथियों वालों ये गल आ रही थी कि धरना लगाया जाए छेती तो छेती धरना जिहड़ा उह लाया जाए। देखो साथियों 5 साल हो गए 6 साल हो गए धरने ही लगाए ने, कदे धरने तो आप डरे नहीं कदे भजे नहीं गए, क्योंकि हुण की आ हुण मसला 4000 बंदियां दे रुजगार का और 4000 बंदियां दे रुजगार का तो हरेक फैसला जिहड़ा बहुत सोच समझ के करना पै रहा है। तुसीं जिन्ने काले हो तुहाडे नालों ज़्यादा काले असीं भी हाँ, क्योंकि सानूं भी लोड़ा असीं भी स्कूलों के जाना साढ़े भी घर दे उड़ीकते हैं कि कदों असीं स्कूल ज्वाइन करांगे, तो असी ये दर्द बिल्कुल भली भांत समझते हाँ, पर एक ये गल भी आ कि असी कोई भी जिहड़ा हैगा गलत फैसला असी वह नहीं लै सकते, क्योंकि एक लिया होया गलत फैसला ये ना होवे कि 4000 केटर का जिहड़ा नुकसान वो हो जाए, क्योंकि सारिया चीज़ों वल गौर आ जिहड़ा वह करना पऊगा, क्योंकि ऑल ओवर पंजाब दे विचों 15 बंदे आ जिहड़े आपां स्टेट कमेटी दे विच आ, इहदे विच कोई ये नहीं भी कोई मेरा कल्ले कह रहे ना फैसला हो भी किसी एक बंदे ने कहता जां वह गल आ जिहड़ी वह मननी पऊगी जां किवें भी आ, पर फिर भी सारिया की जिहड़ी राय आ देखो कुछ साथियों ने इस 11 तरीक को जिहड़ा धरना प्रोटेस्ट किया वह उन्हां दी जिहड़ी हैगी आ उन्हां दा फैसला असीं उहदे विच कोई इंटरफेयर नहीं करांगे। हाँ जिहड़े साथी जाना चाहुंदे ने आपदी जिम्मेवारी दे उपर वो धरने के उपर जा सकते हैं, सानू इत्थे कोई प्रधानगियां दा नहीं, क्योंकि साडे उपर ये भी जिहड़े हैगे ने लोग कुछ कहिंदे ने भी इन्हां नूं अपनियां प्रधानगियां नाल सानू कोई प्रधानगी दा लैणा देणा नहीं गा, सानू सिर्फ मसला गा भी असीं नौकरी लैणी आ। अज 5 साल तो 7 साल तो असीं इसलिए संघर्ष कर रहे हैं, पुलिस दीआं डंगा खाधियां ने कांग्रेस दे राज वेले इस सरकार दे विच भी असीं डंगा खाधियां ने, सिर्फ इसलिए खाधियां ने कि असीं स्कूलों दे विच जाणा, धरना लाउणा कोई वड्डी गल नहीं, पर सारा कुछ सोच समझ के जिहड़ा फैसला वह करना पैंदा गा, क्योंकि भावनावां क्योंकि आपां अज इस मोड़ दे उपर पहुंचे होए हां कि आपां इमोशनल होकर कोई फैसला नहीं लै सकते। हालांकि मैं तुहाडे सारिआं दीआं भावनावां दी जिहड़ी कदर करदा, पर फिर भी आखर नूं आपां जो चलो 15 बंदे हैगे ने जिहड़े पूरे पंजाब दे 4461 बंदे नूं लीड करदे ने 15 जणे, तां आखर नूं फैसला जिहड़ा हैगा आपां भले दे लई जां आपां कोई गलत स्टैप ना हो, क्योंकि बहुत सारिया चीज़ों के देखनिया पैंदियां ने। तां असीं जो 11 तरीक नूं जो जिवें भी धरना लग्गिया साडा उहदे विच असीं कोई किसी नूं जिहड़ा कंपैल नहीं करदे भी जाना नहीं जाना, क्योंकि साडे कहे ते किसी ने रुकना नहीं साडे कहे ते किसी ने जाना नहीं, वह साथियों का आपका निजी फैसला, पर असी अज सारिआं ने इह रह कीती आ कि इस हफ्ता जिहड़ा एक हफ्ता असीं डिपार्टमेंट नूं दवांगे। हुण बहुत सारे साथी कहणगे भी इन्ना समा देता आए हो गया वह हो गया होर आपां किन्ना समा देना, पर फिर भी साथी हो क्योंकि मैं तुहानूं मेरी तुसीं मेरी गल समझ सकते हो कि 13 तरीक वाला जिहड़ा मसला गा वह आपां नूं देखना पैणा गा, और आ हफ्ता आपां हजे कोई धरना जिहड़ा असीं अपने वल्लों जो अपना फैसला कीता गा नहीं लगावांगे। आने वाली 19 तरीक नूं दिन ऐतवार नूं जेकर अपना कोई भी आउटपुट जेकर नहीं आउंदी तां आपां सरकार नूं जगाउण दे लई जिहड़ा हैगा अपना रोस प्रदर्शन आ जिहड़ा उह करांगे संगरूर विखे 19 तरीक नूं जिहड़ा हैगा जिवें भी आपां जिहड़ा हैगा सभ ने मिल के इह फैसला लिया, क्योंकि साथीओ इहदे विच भावनात्मक होके जां इमोशनल होके फैसला नहीं हो सकता, क्योंकि सारा 4000 केटर दा सवाल आ, चार एक बंदे दे गलत फैसले नाल असीं नहीं चाहुंदे कि किसी बंदे दा नुकसान होवे, क्योंकि नौकरी की जिन्नी तुहानूं लोड़ आ उन्नी सानूं लोड़ आ, तां असीं भी चाहुंदे आ कि आपां छेती छेती स्कूलां दे विच जाइए, पर बहुत सारियां चीज़ां ने जिहड़ियां उह विचार करनियां पड़दियां ने,
पर फिर भी सानू पता भी साड़ी इस गल नाल बहुत सारे साथे नहीं सहमत होणगे तां असीं उहनां दीआं जिहड़ी भावनां उहदी कदर करदे आ। साडे वल्लों कोई किसी किस्म की जिहड़ा हैगा बैरियर नहीं हैगा। अगर कोई धरना प्रोटेस्ट कोई रखिया होया तो वो साथी अपनी मर्जी नाल जा सकते हैं, कोई चक्कर नहीं, उन्होंने अपनी जिम्मेवारी से वो जा सकते हैं जान। पर साडे वल्लों पूरा सारिया चीज़ों ध्यान में रखते हुए, क्योंकि सोमवार को लगभग उम्मीद है कि अपना कोर्ट केस वाला जो मसला वह हल हो जाएगा, क्योंकि उत्थे फिर ना कोई डिपार्टमेंट का जोर आ कोर्ट के उपर, ना सरकार का जोर है, ना कोई अपना फिर धरने का जोर चलना है। ये तुम भी सारी गल समझते हो। इस करके आपां आ हफ्ता एक असीं उड़ीक करांगे, आपां उड़ीक करांगे। उस तों बाद 19 तरीक नूं दिन ऐतवार नूं सारिआं नूं खुल्ला सद्दा गा, कोई किसी आपां धरने तों आउण तों रोक नहीं सकते, कोई किसी का निजी धरना नहीं हैगा, सबने अपने नौकरी के लिए आना गा, नौकरी के लिए जिहड़ा हैगा रोस प्रदर्शन जिहड़ा उह करना। तो 19 तरीक नूं आपां सरकार नूं जगाउण दे लई कि सानूं अपॉइंटमेंट लैटर मिल चुके ने, सानूं स्कूलां दे विच भेजिया जावे, जां साडी ट्रेनिंग आ जो भी जिहड़ा सिस्टम आ साडा कीता जावे, पर आह हफ्ता जिहड़ा आपां असीं वेट करांगे, आपां वेट करांगे। हो सकता कोई ना कोई आउटपुट आए, अगर कोई साड़ी गल इस नहीं सहमत तो वो ज्यादा आपके तौर तरीके जे भी धरने के लिए जाना वो जा सकता गा, साडे वल्लों कोई वो नहीं होगा। तो इन गल्लां ने जिहड़ियां वो अज्ज तुहाडे नाल साझियां करनियां सीगियां, ते बाकी सारे साथ